ਜੋਬ ਜਿ ਕਈ ਸਾਰੇ ਮੁੱਦਿਆਂ ਨੂੰ ਲੈ ਕੇ ਰਾਜਨੀਤੀ ਭਖਦੀ ਨਜ਼ਰ ਆ ਰਹੀ ਹੈ ਇਸ ਵਕ ਸਾਡੇ ਨਾਲ ਵਿਰੋਧੀ ਵੀ ਨੇ ਕਿਉਂਕਿ ਸਰਕਾਰ ਆਪਣੀਆਂ ਗੱਲਾਂ ਕਰਦੀ ਹੈ ਪਰ ਵਿਰੋਧੀ ਕੀ ਕਹਿੰਦੇ ਨੇ ਆਖਿਰਕਾਰ ਇਸ ਵੇ ਸਾਡੇ ਨਾਲ ਸਾਬਕਾ ਐਮਪੀ ਆ ਪ੍ਰੋਫੈਸਰ ਪ੍ਰੇਮ ਸਿੰਘ ਸਿੰਧੂ ਮਾਜਰਾ ਨੇ ਅਕਾਲੀ ਦਲ ਦੇ ਬੜੇ ਸੀਨੀਅਰ ਲੀਡਰ ਨੇ ਪ੍ਰੋਫੈਸਰ ਸਾਹਿਬ ਜਿਸ ਤਰੀਕੇ ਨਾਲ ਹੁਣ ਆ ਸਭ ਤੋਂ ਪਹਿਲਾਂ ਇਹ ਦੇਖਿਆ ਜਾ ਰਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਜਿਹੜੇ ਅ ਅਫਸਰ ਨੇ ਜਿਹੜੇ ਬਿਜਲੀ ਮੈਹਕਮੇ ਦੇ ਅਫਸਰ ਨੇ ਉਹਨਾਂ ਨਾਲ ਮੀਟਿੰਗ ਕਰ ਰਹੇ ਨੇ ਕਿੰਨਾ ਕਿਤੇ ਇੱਕ ਬ੍ਰੀਚ ਕੀਤਾ ਜਾ ਰਿਹਾ ਹੈ ਕਾਂਗਰਸ ਵੀ ਇਸ ਤੇ ਸਵਾਲ ਚੁੱਕ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਗੈਰ ਮੌਜੂਦਗੀ 'ਚ ਇਸ ਤਰੀਕੇ ਨਾਲ ਮੀਟਿੰਗਾਂ ਕਰਨਾ ਕਿਉਂਕਿ ਪਹਿਲਾਂ ਵੀ ਕਾਂਗਰਸ ਪਾਰਟੀ ਇਹ આરોਪ ਲੰਦੀ ਆਈ ਸੀ ਕਿ ਸਰਕਾਰ ਜਿਹੜੀ ਉਹ ਦਿੱਲੀੋਂ ਚੱਲੇਗੀ ਤਾਂ ਇਹੇ આરોਪ ਦੁਬਾਰਾ ਰਾਜਾ ਬਣੀ ਗਲਾ ਰਹੇ ਨੇ ਕਿ ਸਰਕਾਰ ਜਿਹੜੀ ਹੈ ਦੁਬਾਰਾ ਦਿੱਲੀ ਤੋਂ ਚੱਲਣੀ ਸ਼ੁਰੂ ਹੋ ਗਈ ਹੈ ਤੇਜਰੀਆ ਸਾਹਿਬ ਨੇ ਅੱਜ ਹੈਰਾਨੀ ਵਾਲੀ ਗੱਲ ਵੀ ਆ ਦੁਖਦਾਈ ਵਾਲੀ ਗੱਲ ਵੀ ਆ ਸਾਡੇ ਸਾਰਿਆਂ ਲਈ ਪੰਜਾਬੀਆਂ ਲਈ ਕਿ ਚੁਣੌਤੀ ਵਾਲੀ ਗੱਲ ਵੀ ਆ ਜੋਏ ਨਵੀਂ ਗੱਲ ਕਰਕੇ ਦਿਖਾਈ ਆ ਗੈਰ ਵਿਧਾਨਕੀ ਵੀ ਆ ਗੈਰ ਕਾਨੂੰਨੀ ਵੀ ਆ ਕਿਸੇ ਸੂਬੇ ਦੇ ਕਿਸੇ ਅਫਸਰ ਨੂੰ ਚਲੋ ਕੋਈ ਦੂਜੇ ਸੂਬੇ ਦਾ ਮੁੱਖ ਮੰਤਰੀ ਦਾ ਅਫਸਰ ਬੁਲਾਉਂਦਾ ਸਰਾਬ ਮਸ਼ਵਰਾ ਲੰਦਾ ਤਾਂ ਲੈ ਸਕਦਾ ਪਰ ਫਾਈਲਾਂ ਤਾਂ ਨਹੀਂ ਮੰਗਾ ਸਕਦਾ ਇਹ ਤਾਂ ਜਿਹੜੇ ਭੇਦ ਗੋਤ ਰੱਖਣ ਦੀ ਸੌਖਾਦੀ ਹੋਈ ਆ ਮੰਤਰੀ ਨੇ ਪਾਵਰ ਮਿਨਿਸਟਰ ਨੇ ਉਹਨੂੰ ਅਸਤੀਫਾ ਦੇਣਾ ਚਾਹੀਦਾ ਮੈਂ ਸਮਝਦਾ ਇਹ ਤਾਂ ਸਾਰਾ ਭੇਦ ਜਗਜाहिर ਕਰਨ ਵਾਲੀ ਗੱਲ ਹੋ ਗਈ ਉਹ ਵੀ ਗਵਰਨਰ ਦੀ ਸੂਬੇ ਦੇ ਕਿਸੇ ਮੁੱਖ ਮੰਤਰੀ ਅਗੇ ਸੋ ਇਹ ਤਾਂ ਇੱਕ ਬੜਾ ਬੜਾ ਚੈਲੰਜ ਆ ਸਾਡੀ ਤਾਂ ਲੜਾਈ ਰਹੀ ਹੈ ਦਿੱਲੀ ਨਾਲ ਬਿਜਲੀ ਦੇ ਮਸਲੇ ਤੇ ਵੀ ਦਿੱਲੀ ਨਾਲ ਲੜਾਈ ਆ ਪਾਣੀਆਂ ਦੇ ਮਸਲੇ ਤੇ ਵੀ ਦਿੱਲੀ ਨਾਲ ਲੜਾਈ ਆ ਇਹ ਤਾਂ ਇੱਕ ਬਹੁਤ ਵੱਡੀ ਚੁਣੌਤੀ ਆ ਔਰ ਮੁੱਖ ਮੰਤਰੀ ਪੰਜਾਬ ਨੂੰ ਇਹਦਾ ਸਪਸ਼ਟੀਕਰਨ ਦੇਣਾ ਪੈਗਾ ਪੰਜਾਬ ਦੇ ਲੋਕਾਂ ਨੂੰ ਦੇਖੋ ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ ਕਿਸੇ ਪੰਜਾਬ ਦੇ ਵੋਟਰ ਨੂੰ ਰਾਜ ਕਰਨ ਲਈ ਕਿਸੇ ਦੂਜੇ ਸੂਬੇ ਦੇ ਵੋਟਰ ਨੂੰ ਰਾਜ ਕਰਨ ਲਈ ਫਤਵਾ ਨਹੀਂ ਪੰਜਾਬ ਦੇ ਲੋਕਾਂ ਦਾ ਸੋ ਇਸ ਕਰਕੇ ਚੁਣੌਤੀ ਜਿਹੜੀ ਪੰਜਾਬ ਦੇ ਲੋਕਾਂ ਅੱਗੇ ਰੱਖੀ ਆ ਏ ਜੇਸਪਾਰਟੀਕਰਨ ਮੁੱਖ ਮੰਤਰੀ ਸਾਹਿਬ ਨੇ ਨਾ ਦਿੱਤਾ ਤਾਂ ਪੰਜਾਬ ਦੇ ਲੋਕਾਂ 'ਚ ਰੋਸ ਤੇ ਗੁੱਸਾ ਕੁਦਰਤੀ ਤੌਰ ਤੇ ਵਧੇਗਾ ਸਿੱਧੂ ਮੂਸੇਵਾਲੇ ਦੀ ਜੇ ਗੱਲ ਕੀਤੀ ਜਾਏ ਕਾਂਗਰਸੀ ਲੀਡਰ ਨੇ ਪ੍ਰਨਾਲਦਰ ਸਿੰਘਰ ਵੀ ਨੇ ਇੱਕ ਗਾਣਾ ਕੱਢਦੇ ਨੇ ਜਿਸ ਤੇ ਹੁਣ ਸਾਰੇ ਜਿਹਨੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮੰਤਰੀ ਨੇ ਉਹ ਸਵਾਲ ਚੁੱਕਰੇ ਨੇ ਲਾਲਜੀਤ ਸਿੰਘ ਭੁੱਲਰ ਜਿਹੜੇ ਟਰਾਂਸਪੋਰਟ ਮੰਤਰੀ ਨੇ ਉਹਨਾਂ ਨੇ ਕਿਹਾ ਤਾਂ ਕਿ ਅਸੀਂ ਤਾਂ ਇਹਨਾਂ ਦੀ ਫਾਈਲ ਜਿਹੜੀ ਆ ਦੁਬਾਰਾ ਖੋਲਵਾਵਾਂਗੇ ਤੇ ਪਤਾ ਕਰਾਂਗੇ ਜਿਹੜੀ ਬੰਦੂਕ ਦੀ ਇਹ ਗੱਲ ਕਰਦੇ ਸੀ ਉਹ ਬੰਦੂਕ ਜਿਹੜੀ ਆ ਉਹ ਅਸਲੀ ਸੀਗੀ ਜਾਂ ਵਾਕਈ ਟਰਾਇਗਨ ਸੀਗੀ ਇਹ ਗੱਲ ਇਹ ਆ ਵੀ ਮੁਸੱਲ੍ਹਾਲ ਸਾਹਿਬ ਨੇ ਜਿਹੜਾ ਅੱਜ ਕਮੈਂਟ ਦਿੱਤਾ ਪੰਜਾਬ ਦੇ ਲੋਕਾਂ ਨੂੰ ਗੁਦਾਰ ਤਾਂ ਕਿਹਾ ਇਹ ਬੜਾ ਨਿੰਦਨਯੋਗ ਆ ਗੱਲ ਤਾਂ ਇਹ ਲੋਕਾਂ ਦਾ ਦਿਲ ਛੋਟਾ ਹੁੰਦਾ ਇਹ ਲੋਕਾਂ ਨੇ ਜਿਵੇਂ ਕਹਿੰਦੇ ਮਿਲਾਈਓ ਸਗੀ ਹੁੰਦੀ ਆ ਤੇ ਸੰਘਰਸ਼ ਤਾਂ ਕੀਤੇ ਨਹੀਂ ਹੁੰਦੇ ਨਾ ਮੁਸ਼ਕਿਲਾਂ ਦਾ ਲੰਘੇ ਵੀ ਹੁੰਦੇ ਇਹਨਾਂ ਨੇ ਕਾਠੀ ਗੱਠ ਦੇਖੇ ਹੁੰਦੇ ਨੇ ਮਤਲਬ ਫਰੀ-ਵਾਰੀ ਜੇ ਹਾਰ ਦਾ ਮੂੰਹ ਦੇਖਣਾ ਪਿਆ ਉਹਨਾਂ ਨੂੰ ਮਾਦਾ ਵੀ ਤਕੜਾ ਰੱਖਣਾ ਪਵੇਗਾ ਉਹ ਟਾਈਏ ਕਿ ਕਿਹਾ ਗਿਆ ਹੈ ਕਿ ਫਸਲ ਜਿਹੜੀ ਝਾੜੋ ਘਟ ਹੋਈ ਹੈ ਇਸ ਵਾਰ ਤੇ ਫਾਇਦਾ ਜਿਹੜਾ ਹੈ ਉਹ ਕਿਸਾਨਾਂ ਨੂੰ ਦੇਣਾ ਚਾਹੀਦਾ ਕਿਸਾਨਾਂ ਦੀ ਵੀ ਜਿਹੜੀ ਹੈ ਉਹ ਇਸ ਵਕਤ ਜਿਹੜੀ ਹੈ ਉਹ ਮਦਦ ਕਰਨੀ ਚਾਹੀਦੀ ਹੈ ਸੋਮਣੀ ਅਕਾਲੀ ਦਲ ਕਿਸਾਨਾਂ ਲਈ ਖੜਦੀ ਆਈ ਹੈ ਇੱਕ ਜਿਹੜਾ ਦਾਵਾ ਕਰਦੀ ਹੈ ਇਹ ਪਾਰਟੀ ਥੋੜੀ ਹੁਣ ਇਸ ਤੇ ਕੀ ਜਿਹੜਾ ਹੈ ਉਹ ਕਾਲ ਹੋਏ ਦੇਖੋ ਇਹ ਸੱਚ ਆ ਕਿ ਪਹਿਲਾਂ ਤਾਂ ਸਰਦੀਆਂ ਚ ਕਣਕ ਜਦੋਂ ਬੀਜੀ ਉਦੋਂ ਬਹੁਤ ਜ਼ਿਆਦਾ ਬਾਰਿਸ਼ ਹੋਈ ਤੇ ਉਸ ਟਾਈਮ ਵੀ ਨੁਕਸਾਨ ਹੋਇਆ ਕਣਕ ਦਾ ਤੋਂ ਤੋਂ ਬਾਅਦ ਹੁਣ ਮਾਰਚ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਜਿਹੜੀ ਗਰਮੀ ਪਈ ਆ ਔਰ ਗਰਮੀ ਬੇਹੱਦ ਪਈ ਆ ਮਤਲਬ ਅੱਜ ਤੱਕ ਇੰਨੀ ਗਰਮੀ ਨਹੀਂ ਪਈ ਉਹਨੇ ਝਾੜ ਘਟਾਤਾ ਕਣਕ ਦਾ ਔਰ ਇੱਥੇ ਤੱਕ ਅੱਜ ਆ ਵੀ 4 ਕਵਾਂਟਲ ਤੋਂ ਲੈ ਕੇ 8 ਕਵਾਂਟਲ ਪ੍ਰਤੀ ਏਕੜ ਤੱਕ ਝਾੜ ਘਟ ਰਹਿ ਗਿਆ ਇਸ ਵਾਰੀ ਹਹਾਕਾਰ ਮੱਚੀ ਆ ਕਿਸਾਨਾਂ ਦੇ ਚਿਹਰੇ ਮਰ ਜਾਏ ਪਏ ਨੇ ਔਰ ਅੱਜ ਹੀ ਨਾ ਸਥਿਤੀਆਂ ਦੇ ਵਿੱਚ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੂੰ natural calamity ਦਾ ਕੇਸ ਤਿਆਰ ਕਰਨਾ ਚਾਹੀਦਾ natural calamity ਦੀ ਫਾਈਲ ਤਿਆਰ ਕਰਕੇ ਕੇਂਦਰ ਕੋਲ ਡਿਜ਼ਾਸਟਰ ਮੈਨੇਜਮੈਂਟ ਫੰਡਸ ਦੇ ਵਿੱਚੋਂ ਪੈਸਾ ਮੰਗਣਾ ਚਾਹੀਦਾ ਕੈਮਰਾਮੈਨ ਧਰਮਵੀਰ ਜਨਾ ਬਜ਼ਮ ਵਰਮਾ ਜੀ ਮੀਡੀਆ ਮੋਹਾਲੀ